ਕਰਾਂਗੇ ਵਾਹਿਗੁਰੂ ਜੀ ਕਾ ਧੰਨਵਾਦ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਹੈਗੀ ਹੈ ਅਤੇ ਇਹ ਸਾਰੇ ਇਸ਼ੂ ਨੂੰ ਅਸੀਂ ਡਿਸਕਸ਼ਨ ਦੇ ਅਧੀਨ ਲਿਆਂਦਾ ਹੈਗਾ, ਅੱਜ ਅਸੀਂ ਇੱਕ ਡਿਫਰੈਂਟ ਐਂਗਲ ਤੋਂ ਇਹਦੇ ਬਾਰੇ ਗੱਲਬਾਤ ਕਰਾਂਗੇ। SGPC ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈਗੀ ਹੈ, ਉਹਨੇ ਇਸ ਰਿਪੋਰਟ ਨੂੰ ਰੱਦ ਕੀਤਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸੰਗਤ ਦੇ ਵਿੱਚ, ਸਿੱਖ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਅੱਜ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਸ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ, ਤਾਂ SGPC ਦਾ ਜਿਹੜਾ ਇਹਦੇ 'ਤੇ ਸਟੈਂਡ ਹੈਗਾ ਉਹਦੀਆਂ ਡਿਟੇਲਸ ਦੇ ਵਿੱਚ ਅਸੀਂ ਗੱਲਬਾਤ ਕਰਨ ਦੀ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਜਿਹੜਾ ਪੰਥ ਦੇ ਵਿੱਚ ਵਿਰੋਧ ਹੈਗਾ ਉਹ ਕੀ ਰੂਪ ਲੈ ਸਕਦਾ ਇਹ ਸਾਰੇ 'ਤੇ ਗੱਲਬਾਤ ਦੇ ਲਈ ਅੱਜ ਸਾਡੇ ਨਾਲ SGPC ਮੈਂਬਰ ਬੀਬੀ ਕਿਰਨਜੋਤ ਕੌਰ ਸਾਡੇ ਨਾਲ ਅੰਮ੍ਰਿਤਸਰ ਤੋਂ ਫੋਨ ਲਾਈਨ 'ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਕਿਰਨਜੋਤ ਕੌਰ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਵਿਚਾਰ ਇਸ ਸਾਰੇ ਮਾਮਲੇ 'ਤੇ ਜਾਣਨਾ ਚਾਹੂੰਗਾ। ਅਸੀਂ ਤੁਹਾਡੇ ਨਾਲ ਨਹੀਂ ਗੱਲਬਾਤ ਕਰ ਸਕੇ, ਪਹਿਲੀ ਵਾਰ ਇਹ ਸਾਰੇ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਤੁਸੀਂ ਵਿਰੋਧ ਵੀ ਜਤਾਇਆ ਹੈਗਾ ਮੀਡੀਆ ਦੇ ਵਿੱਚ, ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਉਹਨਾਂ 'ਤੇ ਵਿਰੋਧ ਵੀ ਤੁਸੀਂ ਜਿਹੜਾ ਦਰਜ ਕੀਤਾ, ਤੁਸੀਂ ਕੀ ਸਮਝਦੇ ਹੋ ਕਿ ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਅਕਾਲੀ ਦਲ ਦਾ ਸਟੈਂਡ ਹੈਗਾ ਇਹ ਸਾਰੇ 'ਤੇ, ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ SGPC ਨੇ ਵੀ ਡਿਨਾਈ ਕੀਤਾ, ਉਹਨਾਂ ਨੇ ਵੀ ਕੰਡੈਮ ਕੀਤਾ, ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਉਪਲਬਧੀ ਕਿਵੇਂ ਕੀਤੀ ਹੈ। ਜੀ, ਇਸ ਪਾਸੇ ਮੈਨੂੰ ਲੱਗਦਾ ਹੈ ਕਿ ਬਹੁਤਾ ਫੋਕਸ ਕੀਤਾ ਹੀ ਨਹੀਂ ਗਿਆ। ਜਿਹੜਾ ਮੁੱਢਲਾ ਇਸ਼ੂ ਹੈ ਕਿ ਦੋਸ਼ੀ ਤਾਂ ਫੜੋ, ਆਖਿਰ ਕੌਣ ਗੁਰੂ ਗ੍ਰੰਥ ਸਾਹਿਬ ਦੀ ਬੀਜ ਚੁੱਕ ਕੇ ਲੈ ਗਿਆ, ਕਿੰਨੇ ਇੰਨੀ ਬੇਅਦਬੀ ਕੀਤੀ, ਇੱਕ ਵਾਰ ਨਹੀਂ ਤਾਂ ਕਿੰਨੀ ਵਾਰ ਬੇਅਦਬੀਆਂ ਹੋਈਆਂ। ਜੀ, ਇਸ ਪਾਸੇ ਇਹ ਰਿਪੋਰਟ ਦਾ ਕੋਈ ਕੁਛ ਕਹਿਣਾ ਹੈ ਹੀ ਨਹੀਂ। ਤੇ ਦੂਸਰੀ ਗੱਲ, ਜਿਹੜੀ ਡੈਬਲਕਰਾ ਦੀ ਫਾਇਰਿੰਗ ਜਿਹੜਾ ਵੀ ਫਾਇਰ ਆਰਮ ਹੈ ਉਹਦੇ ਵਿੱਚ ਗੱਡੀ ਨਿਕਲੀ ਹੈ, ਦੋ ਬੱਚਿਆਂ ਦੀ ਜਾਨ ਗਈ ਹੈ, ਤੇ ਕੋਈ ਛੋਟੀ ਗੱਲ ਤਾਂ ਹੈ ਨੀ। ਤੇ ਇਹਦੇ ਉੱਪਰ ਜੋ ਰਿਪੋਰਟ ਨੇ ਕੀਤਾ ਹੈਗਾ, ਫਿਰ ਚੰਗੀ ਗੱਲ ਆ, ਕੇਸ ਫਾਈਲ ਹੋਣੇ ਚਾਹੀਦੇ ਹਨ। ਪਰ ਜਿਸ ਤਰੀਕੇ ਦੇ ਨਾਲ ਰਿਪੋਰਟ ਅਸੈਂਬਲੀ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਲੀਕ ਹੋ ਗਈ, ਔਰ ਉਸ ਲੀਕ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਐਮਰਜੈਂਸੀ ਮੀਟਿੰਗ ਕਾਲ ਕਰਕੇ ਇਸ ਰਿਪੋਰਟ ਨੂੰ ਰੱਦ ਕੀਤਾ। ਮੈਨੂੰ ਲੱਗਦਾ ਹੈ ਕਾਹਲੀ ਵਿੱਚ ਕੀਤਾ ਹੋਇਆ ਸਾ ਮੈਂ ਜੀ ਟੇਬਲ ਕਰ ਦੇਣਾ ਚਾਹੀਦਾ। ਇੱਕ ਵਾਰ ਜਦੋਂ ਰਿਪੋਰਟ ਟੇਬਲ ਹੋ ਜਾਂਦੀ, ਉਸ ਤੋਂ ਬਾਅਦ ਆਪਣਾ ਪ੍ਰਤੀਕਰਮ ਦੇਣਾ ਚਾਹੀਦਾ ਸੀ, ਕਿਉਂਕਿ ਜਿਹੜਾ ਸੁਮੇਧ ਸੈਣੀ ਨੇ ਬਾਅਦ ਤੋਂ ਵੀ ਚੈੱਕ ਟੇਬਲ ਕੀਤਾ ਉਹ ਤਾਂ ਬਾਅਦ ਦੇ ਵਿੱਚ ਆਇਆ, ਇਹ ਤਾਂ ਪਹਿਲੀ ਜਿਹੜੀ ਰਿਪੋਰਟ ਲੀਕ ਹੋਈ ਸੀ ਉਹਦੇ ਵਿੱਚ ਨਹੀਂ ਸੀ ਹੈਗਾ। ਸ਼੍ਰੋਮਣੀ ਕਮੇਟੀ ਨੂੰ ਕਾਲ ਨਹੀਂ ਕਰਨੀ ਚਾਹੀਦੀ,
ਪਹਿਲਾਂ ਵੇਖਣਾ ਚਾਹੀਦਾ ਸੀ ਕਿ ਸੋਨੇ ਆ ਕੀ ਰਿਹਾ, ਕਿਉਂਕਿ ਇੱਕ ਚੀਜ਼ ਬਹੁਤ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਕਿਸੇ ਪਾਰਟੀ ਵਿਸ਼ੇਸ਼, ਵਿਅਕਤੀ ਵਿਸ਼ੇਸ਼ ਜਾਂ ਧਰੇ ਵਿਸ਼ੇਸ਼ ਦੀ ਨਹੀਂ। ਜੀ ਸਾਨੂੰ ਉਸੇ ਪਾਸੇ ਚੱਲਣਾ ਚਾਹੀਦਾ ਹੈ, ਨਾਲੇ ਜਦੋਂ ਸਾਡੀ ਜ਼ਿਲ੍ਹੇ ਵਾਲੀ ਗੁਰਦੁਆਰ ਸਾਹਿਬ ਦੇ ਸਤਿਕਾਰ ਪ੍ਰਚਾਰ ਦੀ ਹੈ ਤੇ ਸਾਨੂੰ ਤਾਂ ਜਿਹੜੀ ਵੀ ਕੋਈ ਰਿਪੋਰਟ ਆਵੇ ਉਹਨੂੰ ਗੌਰ ਦੇ ਨਾਲ ਦੇਖ ਕੇ ਫਿਰ ਉਹਦੇ ਉੱਤੇ ਪ੍ਰਤੀਕਰਮ ਦੇਣਾ ਚਾਹੀਦਾ ਹੈ। ਜੀ ਦੂਜੇਬਾਜ਼ੀ ਕਰਕੇ ਕਿਸੇ ਨੇ ਇਲੈਕਸ਼ਨ ਰੈਲੀ ਦੇ ਵਿੱਚ ਵੀ ਜਿਸ ਕਿਸੇ ਤਕਰੀਰਾਂ ਹੁੰਦੀਆਂ ਉਹੋ ਜਿਹਾ ਸਾਰਾ ਵਾਤਾਵਰਨ ਬਣਿਆ ਹੋਇਆ ਸੀ ਜੋ ਕਿ ਮਾੜਾ, ਕਿਉਂਕਿ ਅਸੀਂ ਜਿਹੜਾ ਬੇਸਿਕ ਮੁੱਦਾ ਹੈ ਕਿ ਬੇਸਿਕ ਮੁੱਦੇ ਦਾ ਤਾਂ ਕੋਈ ਹੱਲ ਕੀਤਾ ਹੀ ਨਹੀਂ ਕਿਸੇ ਦਾ। ਪਰਟੀਕੁਲਰ ਇਹ ਤਾਂ ਕਿਹਾ ਸੀ ਕਿ ਹਾਂਜੀ ਇਹੀ ਬੰਦਾ ਦੋਸ਼ੀ ਹੈ, ਸਿਰਫ ਇਸ਼ਾਰੇ ਹੀ ਕੀਤੇ ਨਾ ਅਫਲਾਣੇ ਨੂੰ, ਅਫਲਾਣਾ ਜਿਹੜਾ ਉਹਦੇ ਵੱਲ ਇਸ਼ਾਰਾ, ਅਫਲਾਣੇ ਵੱਲ ਇਸ਼ਾਰਾ ਹੈ ਤੇ ਇਹਨਾਂ ਚੀਜ਼ਾਂ ਦੇ ਨਾਲ ਕੋਈ ਸਲਿਊਸ਼ਨ ਸਾਹਮਣੇ ਨਹੀਂ ਆਇਆ। ਜਿਹੜਾ ਸਿੱਖ ਹੈ, ਆਮ ਇੱਕ ਸਿੱਖ, ਉਹ ਚਾਹੁੰਦਾ ਹੈ ਕਿ ਬੱਚਨ ਜੋ ਹੋਇਆ ਉਹ ਕਿਵੇਂ ਕੀਤਾ ਤੇ ਕਿਉਂ ਕੀਤਾ, ਜੀ ਉਹ ਚੀਜ਼ਾਂ ਸਾਹਮਣੇ ਜੀ। ਭੈਣ ਜੀ ਇਹਦੇ 'ਤੇ ਤੁਸੀਂ ਸਮਝਦੇ ਹੋ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਐਸ ਜੀ ਪੀ ਸੀ ਨੇ ਇਹ ਕਾਹਲੀ ਦੇ ਨਾਲ ਫੈਸਲਾ ਕੀਤਾ ਅਤੇ ਨਾਲ ਦੀ ਨਾਲ ਜਿਹੜੀ ਰਿਪੋਰਟ ਹੈਗੀ ਆ ਉਹਨੂੰ ਰਿਜੈਕਟ ਕਰ ਦਿੱਤਾ, ਕੀ ਇਹਦੇ 'ਤੇ ਕੋਈ ਕੰਸੈਂਸਸ ਬਿਲਡਿੰਗ ਹੋਈ ਸੀ ਜਿਹੜੇ ਐਸ ਜੀ ਪੀ ਸੀ ਮੈਂਬਰ ਹੈਗੇ ਆ ਉਹਨਾਂ ਦੀ ਰਾਏ ਲਈ ਗਈ ਸੀ, ਜਾਂ ਜਦੋਂ ਫੈਸਲਾ ਲਿਆ ਗਿਆ ਕਿ ਉਹਨਾਂ ਦੇ ਵਿੱਚੋਂ ਕੋਈ ਵਿਰੋਧ ਦੀ ਆਵਾਜ਼ ਇਸ ਫੈਸਲੇ ਦੇ ਵਿੱਚ ਕਿੰਨੇ ਕੁ ਬੰਦੇ ਹੈਗੇ ਐਸ ਜੀ ਪੀ ਸੀ ਮੈਂਬਰ ਕਿੰਨੇ ਕੁ ਨੇ ਜਿਹੜੇ ਇਸ ਪਾਰਟ ਦਾ ਜਿਨ੍ਹਾਂ ਨੇ ਵਿਰੋਧ ਦਰਜ ਕਰਾਇਆ? ਇਹ ਜਿਹੜਾ ਐਸ ਜੀ ਪੀ ਸੀ ਦਾ ਇੱਕ ਸਿਸਟਮ ਹੈ ਜਿਹਦੇ ਵਿੱਚ ਕਿ ਜਿਹੜੀ ਐਗਜ਼ੀਕਿਊਟਿਵ ਕਮੇਟੀ ਨੂੰ ਅਗਰ ਕੋਈ ਐਮਰਜੈਂਸੀ ਕੋਈ ਇਸ਼ੂ ਹੋਵੇ ਜੀ 72 ਘੰਟਿਆਂ ਦਾ ਨੋਟਿਸ ਦੇ ਕੇ ਤੇ ਫਿਰ ਮੀਟਿੰਗ ਕਾਲ ਕੀਤੀ ਜਾ ਸਕਦੀ ਹੈ ਜੀ। ਇਹ ਜਿਹੜੀ ਮੀਟਿੰਗ ਹੈ ਇਸੇ ਦਾ 72 ਘੰਟੇ ਦਾ ਨੋਟਿਸ ਦੇ ਕੇ ਕਾਲ ਹੋਈ ਸੀ, ਇਹ ਕੇਵਲ ਐਗਜ਼ੀਕਿਊਟਿਵ ਮੈਂਬਰਾਂ ਦੀ ਸੀ, ਆਮ ਜਿਹੜੇ ਮੈਂਬਰ ਨੇ ਉਹਦੇ ਵਿੱਚ ਇਨਵੋਲਵ ਨਹੀਂ ਸੀ ਹੈਗੇ ਜੀ ਜੀ, ਪਰ ਨਾ ਹੀ ਆਮ ਮੈਂਬਰਾਂ ਦੇ ਵਿੱਚ ਇਹਦੇ ਬਾਰੇ ਕੋਈ ਗੱਲਬਾਤ ਹੋਈ ਸੀ। ਜੀ ਤੇ ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤੁਹਾਨੂੰ ਲੱਗਦਾ ਵੀ ਐਸ ਜੀ ਪੀ ਸੀ ਨੂੰ ਜਿਹੜਾ ਆਪਣਾ ਇਹ ਫੈਸਲਾ ਹੈਗਾ ਉਹ ਰੀਕਨਸਿਡਰ ਕਰਨਾ ਚਾਹੀਦਾ, ਕਿਉਂਕਿ ਪੰਥ ਦੇ ਵਿੱਚ ਜਦੋਂ ਅਸੀਂ ਬਾਹਰ ਵੀ ਦੇਖਦੇ ਹਾਂ ਸਿੱਖ ਡਾਇਸਪੋਰਾ ਹੋਵੇ ਜਾਂ ਪੰਜਾਬ ਦੇ ਵਿੱਚ ਓਵਰਆਲ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਜਿੱਥੇ ਬਾਦਲ ਦਲ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਦਾ ਵਿਰੋਧ ਹੋ ਰਿਹਾ ਹੈ, ਉੱਥੇ ਐਸ ਜੀ ਪੀ ਸੀ ਦੇ ਇਸ ਫੈਸਲੇ ਨੂੰ ਵੀ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਗਿਆ। ਮੇਰਾ ਸੀਗਾ ਜੀ ਸਵਾਲ ਵੀ ਕਿ ਐਸ ਜੀ ਪੀ ਸੀ ਨੂੰ ਇਹ ਜਿਹੜਾ ਫੈਸਲਾ ਲਿਆ ਗਿਆ ਉਹਨੂੰ ਰੀਕਨਸਿਡਰ ਕਰਨਾ ਚਾਹੀਦਾ, ਦੁਬਾਰਾ ਇਹਦੇ 'ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ, ਕਿਉਂਕਿ ਸਿੱਖ ਸੰਗਤਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਦੇ ਵਿਰੋਧ ਦੇ ਵਿੱਚ ਆਵਾਜ਼ ਉੱਠਦੀ ਨਜ਼ਰ ਆਈ ਹੈ। ਇੱਕ ਚੀਜ਼ ਤਾਂ ਇਹ ਵੀ ਸਮਝਣ ਵਾਲੀ ਹੈ ਜੀ ਕਿ ਇਸ ਵਕਤ ਤਾਂ
ਤਕਰੀਬਨ ਕੋਈ ਵੀ ਸ਼੍ਰੋਮਣੀ ਕਮੇਟੀ ਫੈਸਲਾ ਲੈਂਦੀ ਹੈ ਤੇ ਆਮ ਸਿੱਖਾਂ ਦੇ ਵਿੱਚ ਰਿਐਕਸ਼ਨ ਅਲੱਗ ਅਲੱਗ ਹੁੰਦੇ ਹਨ। ਹੁਣ ਇਹ ਜਿਹੜੀ ਕਮਿਸ਼ਨ ਦੀ ਗੱਲ ਹੈ ਜੇ ਇੱਕ ਫੈਸਲਾ ਲੈ ਲਿਆ ਸ਼੍ਰੋਮਣੀ ਕਮੇਟੀ ਉਹਨੂੰ ਬਦਲੇ ਨਾ ਬਦਲੇ ਇਹਦਾ ਉਸ ਰਿਪੋਰਟ ਦੇ ਉੱਪਰ ਔਰ ਉਹਦੇ ਐਕਸ਼ਨ ਟੇਕਨ ਰਿਪੋਰਟ ਦੇ ਉੱਪਰ ਕੋਈ ਅਸਰ ਨਹੀਂ ਹੈ। ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਵਾਕਈ ਸਰਕਾਰ ਸਹਿਰਤ ਹੈ ਇੱਕ ਉਹਨਾਂ ਨੇ ਕਮਿਸ਼ਨ ਬਣਾਇਆ ਅਸਲੀਅਤ ਤੱਕ ਸੱਚਾਈ ਦੀ ਜੜ ਤੱਕ ਪਹੁੰਚਣ ਦਾ ਜੀ, ਫਿਰ ਤਾਂ ਪਤਾ ਤਾਂ ਲੱਗੇਗਾ ਨਾ ਕਿ ਉਹ ਰਿਪੋਰਟ ਦੇ ਉੱਪਰ ਕੀ ਐਕਸ਼ਨ ਲੈਂਦੀ ਹੈ। ਤੇ ਸਾਨੂੰ ਤਾਂ ਇਹ ਦੇਖਣ ਦੀ ਜ਼ਰੂਰਤ ਹੈ ਕਿ ਕਿੰਨੀ ਕੁ ਸਰਕਾਰ ਦੀ ਸਹਿਰਤਾ ਹੈਗੀ ਹੈ ਇਹਦੇ ਵਿੱਚ ਔਰ ਇੱਕ ਤੇ ਇਹ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਇਲੈਕਸ਼ਨਾਂ ਚੱਲਦੀਆਂ ਪਈਆਂ ਕੀ ਕੀਤਾ ਵਾ ਕੁਛ ਇਲੈਕਸ਼ਨਾਂ ਨੂੰ ਨਜ਼ਰ ਰੱਖ ਕੇ ਤਾਂ ਨੀ ਕੀਤਾ ਗਿਆ ਜੀ। ਅਕਸਰ ਹੁੰਦਾ ਹੈ ਕਿ ਜਦੋਂ ਇਲੈਕਸ਼ਨ ਨੇੜੇ ਹੁੰਦੀ ਹੈ ਤੇ ਕੋਈ ਨਾ ਕੋਈ ਇਹੋ ਜਿਹਾ ਇਸ਼ੂ ਸਾਹਮਣੇ ਲੈ ਆਉਂਦੇ ਜਿਹਦੇ ਨਾਲ ਕਿ ਵੋਟਾਂ ਦੀ ਪੋਲਰਾਈਜੇਸ਼ਨ ਹੋ ਜਾਂਦੀ ਹੈ ਜੀ। ਤੇ ਉਹ ਗੱਲਾਂ ਵੀ ਸਾਨੂੰ ਇਸ ਕੰਟੈਕਸਟ ਵਿੱਚ ਦੇਖਣ ਦੀ ਲੋੜ ਹੈ, ਉਹ ਵੀ ਭੁੱਖਣ ਦੀ ਜ਼ਰੂਰਤ ਹੈ ਜੀ। ਬਿਲਕੁਲ ਭੈਣ ਜੀ, ਇਸ ਸਾਰੇ ਦੇ ਵਿੱਚ ਜਿਹੜੀ ਇੱਕ ਸਿਆਸਤ ਹੈਗੀ ਆ, ਜਦੋਂ ਅਸੀਂ ਦੇਖਦੇ ਹਾਂ ਕਿ ਅਕਾਲੀ ਜਿਹੜੇ ਆਗੂ ਹੈਗੇ ਆ ਉਹ ਕਾਂਗਰਸ 'ਤੇ ਇਲਜ਼ਾਮਬਾਜ਼ੀ ਜਿਹੜੀ ਆ ਕਰ ਰਹੇ ਨੇ, ਕਾਂਗਰਸ ਦੇ ਆਗੂ ਅਕਾਲੀਆਂ 'ਤੇ ਕਰ ਰਹੇ ਨੇ, ਪਰ ਜਿਹੜੀ ਇਨਸਾਫ ਦੀ ਗੱਲ ਹੈ ਜਾਂ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਦੋਸ਼ੀਆਂ ਨੂੰ ਜਿਹੜੀ ਫੜਨ ਦੀ ਗੱਲ ਹੈਗੀ ਹੈ ਜਾਂ ਇਹਦੀ ਤਹਿ ਤੱਕ ਜਾਣ ਦੀ ਜਿਹੜੀ ਗੱਲ ਹੈ ਉਹਦੇ ਤੋਂ ਜਿਹੜੀ ਡਿਬੇਟ ਹੈਗੀ ਹੈ ਉਹ ਪਾਸੇ ਹਟਾਈ ਗਈ ਹੈ, ਕੀ ਸਮਝਦੇ ਹੋ ਕਿ SGPC ਕਿਉਂ ਨਹੀਂ ਇਹਦੇ 'ਤੇ ਲੀਡ ਲੈ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਘੱਟੋ ਘੱਟ ਜਿਹੜਾ ਇੱਕ ਪਬਲਿਕ ਓਪੀਨੀਅਨ ਹੈਗਾ ਉਹਦੇ ਵੱਲ ਨੂੰ ਕਿਉਂ ਨਹੀਂ ਕੰਮ ਕਰ ਸਕਦੀ SGPC? ਪਬਲਿਕ ਸ਼੍ਰੋਮਣੀ ਕਮੇਟੀ ਦਾ ਇਹ ਕੰਮ ਨਹੀਂ ਹੈਗਾ ਕਿਉਂਕਿ ਸਰਕਾਰ ਨੇ ਕਮਿਸ਼ਨ ਬਣਾਇਆ, ਸਰਕਾਰ ਅਸੈਂਬਲੀ ਵਿੱਚ ਟੇਬਲ ਹੋਇਆ ਤੇ ਸਰਕਾਰ ਨੇ ਐਕਸ਼ਨ ਲੈਣਾ। ਹੁਣ ਜਿਹੜੇ ਬਰਗਾੜੀ ਇਨਸਾਫ ਮੋਰਚੇ ਵਾਲੇ ਬੈਠੇ ਹੋਏ ਨੇ ਉਹ ਵੀ ਤਾਂ ਇਸੇ ਗੱਲ ਨੂੰ ਬੈਠੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਏ ਤੇ ਜੇ ਸਰਕਾਰ ਨੇ ਕੁਛ ਕਰਨਾ ਹੋਵੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਗੱਲ ਮੁੱਕ ਸਕਦੀ ਹੈ। ਉਹ ਕਿਉਂ ਮਸਲਾ ਜਿਹੜਾ ਲਟਕਾਇਆ ਜਾ ਰਿਹਾ ਉੱਥੇ ਕਿਉਂ ਨੀ ਕੋਈ ਮਸਲਾ ਹੱਲ ਕੀਤਾ ਜਾ ਰਿਹਾ, ਸਾਰਾ ਕੁਛ ਵਿਚਾਰਨ ਦੀ ਲੋੜ ਹੈ। ਇੰਨੀਆਂ ਗੱਲਾਂ ਕਲੀਅਰ ਨਹੀਂ ਹਨ ਜਿੰਨੀਆਂ ਤੁਸੀਂ ਸਮਝ ਰਹੇ ਹੋ ਜੀ। ਤੇ ਤੁਹਾਨੂੰ ਲੱਗਦਾ ਵੀ ਸਰਕਾਰ ਇਹਦੇ ਤੇ ਸੁਹਿਰਦ ਨਹੀਂ ਹੈਗੀ, ਜਿਵੇਂ ਤੁਸੀਂ ਬਰਗਾੜੀ ਇਨਸਾਫ ਮੋਰਚੇ ਦੀ ਗੱਲ ਕੀਤੀ ਵੀ ਗੱਲ ਨਿਬੇੜੀ ਨਹੀਂ ਜਾ ਰਹੀ, ਇਨਸਾਫ ਨਹੀਂ ਦਿੱਤਾ ਜਾ ਰਿਹਾ, ਇਹਦੇ ਤੇ ਸਰਕਾਰ ਦੀ ਜਿਹੜੀ ਸੁਹਿਰਦਤਾ ਹੈਗੀ ਹੈ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੁੰਦਾ? ਸਰਕਾਰ ਨੇ ਇੱਕ SIT ਹੁਣ ਬਣਾਈ ਹੈ ਨਵੀਂ, ਜਿਹੜੀ SIT ਦਾ ਗਠਨ ਕੀਤਾ ਉਹ ਵੀ ਪਤਾ ਨੀ ਅੱਗੇ ਕੀ ਕਾਰਵਾਈ ਹੈ, ਕੋਈ ਗੱਲ ਸਮਝ ਨਹੀਂ ਆ ਰਹੀ ਕਿ ਅਕਾਲੀ ਦਲ ਦੇ ਆਗੂ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਖਾਸ ਤੌਰ ਤੇ ਜਦੋਂ ਅਸੀਂ ਬਰਗਾੜੀ ਇਨਸਾਫ ਮੋਰਚੇ ਦੀ ਗੱਲ ਕਰਦੇ ਹਾਂ ਜਿਹੜੀਆਂ ਧਿਰਾਂ ਉਸ ਮੋਰਚੇ ਨੂੰ ਲੀਡ ਕਰ ਰਹੀਆਂ ਨੇ ਉਹਨਾਂ ਨੂੰ ISI ਦੇ ਨਾਲ ਪਾਕਿਸਤਾਨ ਦੇ ਜੋੜਨ ਦੀ ਨਾਲ ਜਿਹੜੀ ਲਾਈਨ ਹੈਗੀ ਹੈ ਉਹ ਬੜੀ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ। ਤੁਸੀਂ ਕੀ ਸਮਝਦੇ ਹੋ ਇਸ ਪਾਰਟ ਬਾਰੇ, ਤੁਸੀਂ ਕੀ ਕਹਿਣਾ ਚਾਹੋਗੇ ਜਾਂ ਜਿਹੜਾ SGPC ਹੈਗੀ ਹੈ ਕੀ ਸਮਝਦੀ ਹੈ ਕਿ ਕੀ ਜਿਹੜੇ ਪੰਜਾਬ ਦੇ ਵਿੱਚ ਧਿਰਾਂ ਜਿਹੜੀਆਂ ਪ੍ਰਗਾੜੀ ਇਨਸਾਫ ਮੋਰਚੇ ਦੇ ਨਾਲ ਸੰਬੰਧਿਤ ਨੇ ਜਾਂ ਉਹਨੂੰ ਲੀਡ ਕਰ ਰਹੀਆਂ ਨੇ, ਕੀ ਉਹਨਾਂ ਦਾ ਕੋਈ ISI ਦੇ ਨਾਲ ਕਨੈਕਸ਼ਨ ਹੈਗਾ? ਇਸ ਚੀਜ਼ ਤੋਂ
ਪਹਿਲੇ ਮੈਂ ਸਪਸ਼ਟ ਕਰ ਦਾਂ ਜੀ ਕਿ ਜੋ ਮੈਂ ਆਪਣੇ ਨੂੰ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਆਉਣ ਜ਼ਰੂਰੀ ਨਹੀਂ ਇਹ ਵੀ ਹੋਣ ਜੀ, ਭਾਵੇਂ ਕਿ ਹਜ਼ੂਰੀ ਰਾਜੀ ਕਈ ਜਾ ਕੇ ਉਹਨਾਂ ਨੇ ਆਪਣੀ ਬਰਗਾੜੀ ਜਿੱਥੇ ਮੋਰਚਾ ਲਾ ਕੇ ਬੈਠੇ ਨੇ ਉੱਥੇ ਆਪਣੀ ਹਾਜ਼ਰੀ ਭਰ ਕੇ ਆਏ, ਔਰ ਨਿੱਜੀ ਤੌਰ ਦੇ ਉੱਪਰ ਦੇਖੋ ਹਰ ਜਿਹੜਾ ਸਿੱਖ ਹੈ ਉਹ ਚਾਹੁੰਦਾ ਹੈ ਕਿ ਵੀ ਨਿਆਂ ਹੋਵੇ, ਹਰ ਸਿੱਖ ਨਿਆਂ ਦਾ ਚਾਹਵਾਨ ਹੈ। ਪਰ ਅਸੀਂ ਇਹ ਨੀ ਕਹਿ ਸਕਦੇ ਕਿ ਜੇ ਇੱਕ ਸੰਸਥਾ ਦੇ ਵਿੱਚ ਕੋਈ ਮੈਂਬਰ ਜਾਂ ਕੋਈ ਮੁਲਾਜ਼ਮ ਲਿਆ ਜਾਂਦਾ ਹੈਗਾ ਤੇ ਉੱਪਰਲੀ ਐਸਐਲਏ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਭਾਵਨਾਵਾਂ ਦੀ ਤਰਜਮਾਨੀ ਕਰ ਰਹੀ ਹੈ, ਸੋ ਇਹ ਦੋ ਚੀਜ਼ਾਂ ਅਲੱਗ ਅਲੱਗ ਹੋ ਗਈਆਂ ਜੀ। ਦੂਸਰੀ ਗੱਲ ਜਿਹੜੀ ਤੁਸੀਂ ISI ਏਜੰਟ ਵਾਲੀ ਕੀਤੀ ਹੈ, ਮੈਨੂੰ ਨਿੱਜੀ ਤੌਰ ਤੇ ਇਸ ਦੇ ਨਾਲ ਬਹੁਤ ਦੁੱਖ ਹੋਇਆ ਕਿ ਇੱਕ ਸਿੱਖ ਦੂਜੇ ਸਿੱਖ ਨੂੰ ISI ਦਾ ਏਜੰਟ ਕਰੇ ਜਾਂ ਖਾਲਿਸਤਾਨੀ ਕਰੇ ਬਹੁਤ ਗਲਤ ਹੈ, ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਜਦੋਂ ਤੁਸੀਂ ਆਪਣੇ ਘਰ ਨੂੰ ਸਾਂਭਿਆ ਹੋਵੇ ਤੇ ਕੋਈ ਗੁਆਂਢੀ ਤੁਹਾਡੇ ਘਰ ਦੇ ਵਿੱਚ ਝਾਕ ਵੀ ਨਹੀਂ ਸਕਦਾ ਜੀ। ਜੇ ਤੁਸੀਂ ਆਪਣੇ ਬੂਹੇ ਖੁੱਲੇ ਛੱਡੋਗੇ ਤੇ ਤੁਹਾਨੂੰ ਹੱਕ ਨੀ ਕਿ ਤੁਸੀਂ ਗੁਆਂਢੀ ਦੇ ਉੱਪਰ ਇੰਗਲ ਚੁੱਕੋ ਵੀ ਤੂੰ ਮੇਰੇ ਘਰ ਦੀ ਕੀ ਕਰਨ ਆਇਆ ਜੀ। ਇਹ ਜਿਹੜੀ ਦੂਸ਼ਣਬਾਜ਼ੀ ISI ਵਾਲੀ ਹੈ ਮੈਨੂੰ ਲੱਗਦਾ ਹੈ ਇੱਕ ਸਾਨੂੰ ਨਹੀਂ ਕਰਨੀ ਚਾਹੀਦੀ, ਪਬਲਿਕ ਦੇ ਵਿੱਚ ਇਹ ਗੱਲਾਂ ਕਰਨੀਆਂ ਗਲਤ ਹਨ ਜੀ। ਆਪ ਹੀ ਅਗਰ ਅਸੀਂ ਇੱਕ ਸਿੱਖ ਨੂੰ ਇਸ ਤਰ੍ਹਾਂ ਬ੍ਰੈਂਡ ਕਰਦਾ ਹੈ ਤੇ ਬਹੁਤ ਗਲਤ ਹੈ। ਔਰ ਜਿਹੜੇ ਇਸ਼ੂ ਅਸਲ ਇਸ਼ੂ ਹੈ ਉਹਦੇ ਉੱਪਰੋਂ ਇਹ ਧਿਆਨ ਹਟਾਉਣ ਵਾਲੀਆਂ ਗੱਲਾਂ ਜ਼ਿਆਦਾ ਆ। ਜੇ ਕੋਈ ਕਹਿੰਦਾ ਪਿਆ ਹੈ ਕਿ ਵੀ ਗੋਲੀ ਕਿੰਨੇ ਚਲਾਈ ਸਾਨੂੰ ਬੰਦਾ ਦੱਸੋ ਇਹਦੇ ਵਿੱਚ ਦੇਸ਼ ਜਾਂ ਪੰਥ ਵਿਰੋਧੀ ਕੀ ਹੈ, ਜੇ ਕੋਈ ਕਹਿੰਦਾ ਹੈ ਕਿ ਬੇਅਦਬੀ ਕਿੰਨੇ ਕੀਤੀ ਸਾਨੂੰ ਬੰਦੇ ਦੱਸੋ ਇਹਦੇ ਵਿੱਚ ਦੇਸ਼ ਦੇ ਵਿਰੁੱਧ ਕੀ ਗੱਲ ਜਾ ਰਹੀ ਹੈ ਜੀ। ਇਹੋ ਜਿਹੀ ਜਿਹੜੀ ਸ਼ਬਦਾਵਲੀ ਹੈ ਇਹਦੇ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ ਮੈਂ ਸਮਝਦੀ ਹਾਂ ਜੀ। ਹਾਂਜੀ, ਅਕਾਲੀ ਆਗੂਆਂ ਦਾ ਜਿਹੜਾ ਰਵੱਈਆ ਹੈਗਾ ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਈ ਹੈ ਤਾਂ ਉਸ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਅਕਾਲੀ ਆਗੂਆਂ ਨੇ ਸੁਹਿਰਦਤਾ ਦੇ ਨਾਲ, ਕਿ ਉਹਨਾਂ ਦਾ ਨਹੀਂ ਸੀ ਕਹਿਣਾ ਬਣਦਾ ਵੀ ਠੀਕ ਹੈ ਜਿਹੜੀ ਰਿਪੋਰਟ ਆਈ ਹੈ ਜੇ ਉਹਦੇ 'ਚ ਸਾਡਾ ਕੋਈ ਦੋਸ਼ ਸਾਹਮਣੇ ਆਉਂਦਾ ਤਾਂ ਅਸੀਂ ਉਹਦੇ ਨਾਲ ਕਾਨੂੰਨ ਦੇ ਨਾਲ ਉਸ ਹਿਸਾਬ ਨਾਲ ਅਸੀਂ ਡੀਲ ਕਰਨ ਲਈ ਤਿਆਰ ਹੈਗੇ ਹਾਂ, ਪਰ ਕਿਤੇ ਨਾ ਕਿਤੇ ਜਿਹੜੀ ਇਹ ਧਿਆਨ ਭਟਕਾਉਣ ਵਾਲੀ ਲਾਈਨ ਹੈਗੀ ਹੈ ਉਹਦੇ ਤੇ ਕੰਮ ਕੀਤਾ ਜਾ ਰਿਹਾ ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ। ਸੁਖਸਤਾ ਦੀ ਜਿੱਥੇ ਗੱਲ ਆਉਂਦੀ ਹੈ ਕਿ ਮੈਂ ਫਿਰ ਦੁਬਾਰਾ ਉਹੀ ਗੱਲ ਦੁਹਰਾਵਾਂਗੀ ਕਿ ਜੇ ਗੁਰਜਨ ਸਾਹਿਬ ਦੀ ਬੇਅਦਬੀ ਹੋਈ ਹੈ ਹਰ ਕੋਈ ਇਹਦੇ ਨਾਲ ਚਿੰਤਤ ਹੈ ਜੀ, ਹਰ ਕੋਈ ਚਾਹੁੰਦਾ ਕਿ ਇਹਦੇ ਵਿੱਚ ਅਸਲ ਦੋਸ਼ੀ ਲੱਭਿਆ ਜਾਵੇ, ਤਾਂ ਮੈਨੂੰ ਲੱਗਦਾ ਸਾਰੀਆਂ ਧਿਰਾਂ ਨੂੰ ਇਹ ਕਾਰਜ ਨੂੰ ਕੋਈ ਸਿਆਸੀ ਐਂਗਲ ਨਹੀਂ ਦੇਣਾ ਚਾਹੀਦਾ, ਇਹਨੂੰ ਕੋਈ ਹੋਰ ਰੂਪ ਨਹੀਂ ਦੇਣਾ ਚਾਹੀਦਾ। ਜਿਹੜਾ ਅਸਲ ਮੁੱਦਾ, ਅਸਲ ਮੁੱਦੇ ਤੋਂ ਨਾ ਛਿੜਕੋ, ਅਸਲ ਮੁੱਦੇ ਤੇ ਗੱਲ ਕਰੋ। ਮੈਂ ਸਮਝਦੀ ਹਾਂ ਕਿ ਸਾਨੂੰ ਉਹਦੇ ਤੇ ਫੋਕਸ ਰਹਿਣਾ ਚਾਹੀਦਾ, ਦੋਸ਼ੀ ਲੱਭੋ, ਦੋਸ਼ੀ ਕੌਣ ਹਨ ਤੇ ਉਹਨਾਂ ਨੂੰ ਸਜ਼ਾਵਾਂ ਦਿਓ ਜੀ। ਨਹੀਂ, ਪਰ ਜਿਹੜੇ ਅਕਾਲੀ ਆਗੂ ਹੈਗੇ ਆ, ਕਿਉਂਕਿ ਜਦੋਂ ਬੇਅਦਬੀ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਅਤੇ ਅਕਾਲੀ ਆਗੂਆਂ ਦੀ ਇੱਕ ਜ਼ਿੰਮੇਵਾਰੀ ਸੀ ਕਿ ਉਹਦੀ ਜਾਂਚ ਤੋਂ ਲੈ ਕੇ ਫਿਰ ਭਾਵੇਂ ਜਿਹੜਾ
ਪਹਿਲਾਂ ਅਕਾਲੀ ਸਰਕਾਰ ਵੇਲੇ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਉਹਦੀ ਰਿਪੋਰਟ ਵੀ ਨਹੀਂ ਹਜੇ ਤੱਕ ਆਈ ਹੈਗੀ। ਸੋ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਅਕਾਲੀ ਆਗੂ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਰਹੇ ਆ? ਚੰਗਾ ਹੁੰਦਾ ਜੀ ਜੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਹੀ ਕਮਿਸ਼ਨ ਦੀ ਰਿਪੋਰਟ ਜਨਤਕ ਕਰਕੇ ਕੋਈ ਐਕਸ਼ਨ ਲਿਆ ਜਾਂਦਾ ਜਾਂ ਉਸ ਵਕਤ ਇਸ ਮਾਮਲੇ ਨੂੰ ਨਿਬੇੜ ਦਿੱਤਾ ਜਾਂਦਾ ਤੇ ਬਹੁਤ ਚੰਗਾ ਹੁੰਦਾ, ਅਕਾਲੀਆਂ ਵਾਸਤੇ ਵੀ ਚੰਗਾ ਹੁੰਦਾ, ਸਭ ਵਾਸਤੇ ਚੰਗਾ ਹੁੰਦਾ। ਪਰ ਕਿਉਂਕਿ ਉਸ ਵਕਤ ਇਹਨਾਂ ਨੇ ਇਹ ਸਾਰੇ ਮਸਲੇ ਨੂੰ ਖਤਮ ਨਹੀਂ ਕੀਤਾ, ਇਸ ਲਈ ਜਦੋਂ ਸਰਕਾਰ ਬਦਲੀ ਹੈ ਉਹਨਾਂ ਨੂੰ ਇੱਕ ਸਿਆਸੀ ਹਥਿਆਰ ਮਿਲ ਗਿਆ ਅਕਾਲੀ ਪੁੱਟਣ ਵਾਸਤੇ ਜੀ। ਬਾਕੀ ਜੇ ਤੁਸੀਂ ਕਹੋ ਕਿ ਕਾਂਗਰਸ ਵੀ ਬੜੀ ਇਸ ਭਾਵਨਾ ਨਾਲ ਕਰ ਰਹੇ ਨੇ ਕਿ ਬੜੇ ਸਿੱਖਾਂ ਦੀ ਫੇਸ ਪਹੁੰਚੀ ਹੈ ਤਾਂ ਉਹ ਇੱਕ ਐਂਗਲ ਹੋ ਸਕਦਾ ਹੈ ਕਾਂਗਰਸ ਤਾਂ ਉਹੀ ਹੈ ਨਾ ਜਿਹਨੇ ਕਿ ਸਿੱਖਾਂ ਨੂੰ ਹਮੇਸ਼ਾ ਆਪਣੀ ਰਾਜਨੀਤੀ ਦੀ ਵੋਟ ਪੋਲਿਟਿਕਸ ਵਿੱਚ ਬਲੀ ਦਾ ਬੱਕਰਾ ਬਣਾਇਆ। ਅੱਜ ਅਸੀਂ ਕਿਸ ਤਰ੍ਹਾਂ ਸੋਚਦੀ ਹੈ ਕਿ ਇਹਨਾਂ ਵਿੱਚ ਇੰਨਾ ਪਿਆਰ ਜਾਗਿਆ ਹੈਗਾ ਕਿ ਅਸੀਂ ਇਹ ਅਕਾਲੀ ਦਲ ਨਾਲੋਂ ਵੱਧ ਸਿੱਖਾਂ ਦੇ ਖੈਰ ਖਾ ਹੋ ਗਏ ਤੇ ਜਿਹੜਾ ਇਹਦੇ ਵਿੱਚ ਇਹਨੂੰ ਪੋਲੀਟੀਕਲੀ ਯੂਜ਼ ਕਰਨ ਵਾਲਾ ਐਂਗਲ ਨਾਲੇ ਤੇ ਟਾਈਮਿੰਗ ਦੇਖੋ ਅੱਜ ਕੱਲ ਇਲੈਕਸ਼ਨ ਦਾ ਟਾਈਮ ਹੈਗਾ ਇਹ ਸਾਰਾ ਕੁਝ ਦੇਖ ਕੇ ਤੇ ਅੱਖਾਂ ਮੀਚ ਕੇ ਤਾਂ ਕਿਸੇ ਦੇ ਉੱਪਰ ਵੀ ਨਹੀਂ ਵਿਸ਼ਵਾਸ ਕੀਤਾ ਜਾ ਸਕਦਾ ਕਿ ਵੀ ਇਹ ਬੜੀ ਸਹੂਲਤਾਂ ਦੇ ਨਾਲ ਲੱਗੀਆਂ ਤੇ ਅਕਾਲੀਆਂ ਨੇ ਨਹੀਂ ਸੀ ਕੀਤਾ। ਹਾਂ ਮੈਂ ਇਹ ਜ਼ਰੂਰ ਸਮਝਦੀ ਹਾਂ ਕਿ ਅਕਾਲੀਆਂ ਨੂੰ ਉਸ ਵਕਤ ਪਹਿਲ ਦੇ ਆਧਾਰ ਦੇ ਉੱਪਰ ਇਹ ਮਸਲਾ ਨਜਿੱਠ ਲੈਣਾ ਚਾਹੀਦਾ ਸੀ ਔਰ ਤਾਂ ਕਿ ਇਹ ਮਸਲਾ ਜਿਹੜਾ ਹੈ ਕੰਪਲੀਟ ਹੋ ਜਾਂਦਾ ਜੀ। ਤੇ ਇਸ ਦੇ ਵਿੱਚ ਜਿਹੜੀ ਡੇਰਾ ਸਿਰਸਾ ਦੀ ਸ਼ਮੂਲੀਅਤ ਹੈਗੀ ਹੈ ਜੇ ਉਹਦੇ ਵੱਲ ਜੇ ਧਿਆਨ ਕੇਂਦਰਿਤ ਕਰਨਾ ਹੋਵੇ ਡੇਰਾ ਸਿਰਸਾ ਦੇ ਜਿਹੜੇ ਪੈਰੋਕਾਰ ਹੈਗੇ ਆ ਉਹਨਾਂ ਦੀ ਇਸ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਜੋ ਹੋਈ ਹੈ ਉਹਦੇ ਪਿੱਛੇ ਉਹਨਾਂ ਦਾ ਹੱਥ ਨਜ਼ਰ ਆਉਂਦਾ ਹੈ, ਰਿਪੋਰਟ ਵੀ ਇੰਡੀਕੇਟ ਕਰਦੀ ਹੈ ਅਤੇ ਅਦਰਵਾਈਜ਼ ਵੀ ਜਦੋਂ ਅਸੀਂ ਦੇਖਦੇ ਹਾਂ। ਸੋ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਦੀ ਜਿਹੜੀ ਸਰਕਾਰ ਉਸ ਸਮੇਂ ਸੀ ਅਕਾਲੀ ਆਗੂਆਂ ਨੇ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਨੂੰ ਫੇਵਰ ਕੀਤਾ ਵੋਟਾਂ ਨੂੰ ਆਪਣੀਆਂ ਕੰਸੋਲੀਡੇਟ ਰੱਖਣ ਦੇ ਵਿੱਚ ਵੋਟ ਪੋਲੀਟਿਕਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਉਹਨਾਂ ਨੇ ਕਿਤੇ ਨਾ ਕਿਤੇ ਵੋਟਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ? ਸਭ ਤੋਂ ਵੱਡਾ ਗੁਨਾਹ ਜਿਹੜਾ ਕੀਤਾ ਹੈ ਨਾ ਉਹ ਕੀਤਾ ਹੈ ਕਿ ਵੀ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਸਿਰਸਾ ਵਾਲੇ ਨੂੰ ਮਾਫ਼ੀ ਦੇਣ ਦਾ ਜੀ ਔਰ ਉਹਦੇ ਮਾਫ਼ੀ ਦੇਣ ਵਾਸਤੇ ਕੋਈ ਵਿਧੀ ਵਿਧਾਨ ਨਹੀਂ ਅਪਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਵੀ ਸਿਆਸਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਇਹ ਖੁਲਾਸਾ ਕੀਤਾ ਇਹਨੂੰ ਸੌਦਾ ਸਾਹਿਬ ਨੂੰ ਮਾਫ਼ ਕਰਨ ਵਾਸਤੇ ਅਕਾਲੀ ਲੀਡਰਸ਼ਿਪ ਦਾ ਹੱਥ ਹੈਗਾ ਸੀ ਇਹ ਖੈਸ ਉਹਨਾਂ ਨੇ ਸਰਦਾਰ ਸੁਖਦੀਪ ਸਿੰਘ ਬਾਦਲ ਦਾ ਨਾਂ ਲਿਆ ਜੀ। ਇਹ ਮੈਂ ਸਮਝਦੀ ਹਾਂ ਸਿੱਖਾਂ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਉਸ ਮੀਰੀ ਪੀੜੀ ਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤਖ਼ਤ ਦਾ ਜਥੇਦਾਰ ਜੇ ਸਰਕਾਰੀ ਪ੍ਰੈਸ਼ਰ ਅੱਗੇ ਝੁਕ ਜਾਏਗਾ ਮਹਿਸੂਸ ਹੋਇਆ ਕਿ ਜੇ ਹੋਇਆ ਸਹੀ ਨਹੀਂ ਹੋਇਆ ਉਹ ਵਿਰੋਧ ਵਿੱਚ ਖੜੇ ਹੋਏ ਔਰ ਇਹ ਮੇਰਾ ਖਿਆਲ ਹੈ ਇਤਿਹਾਸ ਉਹਨਾਂ ਚੰਦ ਫੈਸਲਿਆਂ ਛੋੜਿਆ ਜਿਹਦੇ ਵਿੱਚ ਸ਼ਾਇਦ ਪਹਿਲਾ ਫੈਸਲਾ ਹੋਵੇ ਜਿਹੜਾ ਕਿ ਜਥੇਦਾਰਾਂ ਨੂੰ ਵਾਪਸ ਲੈਣਾ ਪਿਆ ਕਿਉਂਕਿ ਕੌਮ ਨੇ ਉਹਨੂੰ ਕਬੂਲ ਨਹੀਂ ਕੀਤਾ। ਉਸ ਵੇਲੇ ਨਾ ਇਹ ਗਲਤੀ ਕਰਦੇ ਤੇ ਇਹ ਘਟਨਾਕ੍ਰਮ ਸ਼ੁਰੂ ਹੀ ਨਾ ਹੁੰਦਾ ਔਰ ਉਸ
ਵਕਤ ਜਿਸ ਸਾਧ ਜੀ ਇਹਨਾਂ ਪਾਸੇ ਇਹ ਸਾਰਾ ਕੁਛ ਕੀਤਾ, ਅਖੀਰ ਉਹੀ ਜਿਹੜਾ ਇਹਨਾਂ ਦੀ ਬੇੜੀ ਚ ਬਹਿ ਕੇ ਇਹਨਾਂ ਨੂੰ ਲੈ ਡੁੱਬਾ ਜੀ। ਸੋ ਇਸ ਨੂੰ ਜਦੋਂ ਅਸੀਂ ਇਹ ਇੱਕ ਤੁਸੀਂ ਜਿਹਨੂੰ ਐਗਜ਼ਾਮਪਲ ਦੇ ਤੌਰ 'ਤੇ ਲਿਆ ਜਾਵੇ ਤਾਂ ਤੁਹਾਨੂੰ ਲੱਗਦਾ ਵੀ ਇਸ ਵਕਤ ਜਿਹੜਾ ਅਕਾਲੀ ਦਲ ਹੈਗਾ, ਜਿਹੜੇ ਉਹਦੇ ਆਗੂ ਹੈਗੇ ਆ, ਉਹਨਾਂ ਦਾ ਜਿਹੜਾ ਜ਼ਿਆਦਾ ਧਿਆਨ ਹੈਗਾ, ਜ਼ਿਆਦਾ ਤਰਜੀਹ ਹੈਗੀ ਹੈ, ਉਹ ਵੋਟਾਂ ਨੂੰ ਦਿੱਤੀ ਜਾਂਦੀ ਹੈ ਵੀ ਵੋਟ ਕਿਸ ਪਾਸੇ ਜ਼ਿਆਦਾ ਹੈਗੀ ਹੈ, ਅਤੇ ਪੰਥ ਵੱਲ ਜਿੱਧਰ ਇਨਸਾਫ਼ ਹੈਗਾ ਆ ਜਾਂ ਪੰਥ ਵੱਲ ਕਿਤੇ ਨਾ ਕਿਤੇ ਪਿੱਠ ਦੇਣ ਦੀ ਜਿਹੜੀ ਹੈਗੀ ਹੈ, ਪਿੱਠ ਦਿਖਾਉਣ ਦੀ ਜਿਹੜੀ ਗੱਲ ਨਜ਼ਰ ਆਉਂਦੀ ਹੈ। ਡੈਮੋਕ੍ਰੇਸੀ ਦੇ ਵਿਚ ਤੁਸੀਂ ਦੇਖੋ ਗਿਣਤੀ ਸਿਰਾਂ ਦੀ ਹੈ, ਗਿਣਤੀ ਇਹਦੇ ਲਈ ਸਿਰ ਕਿਹਦਾ ਗਿਣਤੀ ਚਾਹੀਦੀ ਹੈ। ਔਰ ਜਦੋਂ ਅਕਾਲੀ ਦਲ ਦੀ 75ਵੀਂ ਵਰ੍ਹੇਗੰਢ ਸੀ, ਉਸ ਵਕਤ ਇਹਦਾ ਸਿੱਖ ਪਾਰਟੀ ਦਾ ਕੈਰੇਕਟਰ ਬਦਲ ਕੇ ਇਹਨੂੰ ਇੱਕ ਸੈਕੂਲਰ ਪਾਰਟੀ ਬਣਾ ਦਿੱਤਾ ਗਿਆ ਸੀ ਜੀ, ਕਿਉਂਕਿ ਹਿੰਦੁਸਤਾਨ ਦੇ ਵਿਧਾਨ ਦੇ ਵਿੱਚ ਇਹ ਤਬਦੀਲੀ ਕੀਤੀ ਗਈ ਸੀ ਕਿ ਮੇਰੇ ਮਜ਼ਹਬ ਦੇ ਉੱਪਰ ਜਿਹੜੀਆਂ ਬਣੀਆਂ ਪਾਰਟੀਆਂ ਉਹ ਇਲੈਕਸ਼ਨ ਨਹੀਂ ਲੜ ਸਕਣਗੀਆਂ, ਉਹ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੀਆਂ। ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਜਿਹੜਾ ਪੋਲੀਟੀਕਲ ਕੈਰੇਕਟਰ ਹੈ ਉਹ ਬਦਲਣਾ ਪਿਆ। ਇਹ ਬਦਲਣ ਦੇ ਨਾਲ ਜੇ ਤੁਸੀਂ ਪਾਵਰ ਵਿੱਚ ਆਉਣਾ ਹੈਗਾ ਤੇ ਫਿਰ ਤੁਹਾਨੂੰ ਇਕੱਲੇ ਸਿੱਖਾਂ ਦੀਆਂ ਵੋਟਾਂ ਨਾਲ ਤਾਂ ਨਹੀਂ ਨਾ ਜੀ, ਵੋਟ ਤਾਂ ਫਿਰ ਦੂਸਰੇ ਵੀ ਤੁਹਾਡੀ ਹਮਾਇਤ ਕਰਨਗੇ ਤੇ ਸਰਕਾਰ ਚ ਆਓਗੇ ਜੀ। ਇਸ ਸਰਕਾਰ ਵਿੱਚ ਆਦਮੀ ਇਹ ਨੀ ਹੁੰਦਾ ਕਿ ਸਾਰੇ ਮਾੜੇ ਕੰਮ ਹੁੰਦੇ, ਚੰਗੇ ਕੰਮ ਵੀ ਹੁੰਦੇ। ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਜੇ ਸਰਕਾਰ ਆਈ ਹੈ ਤੇ ਤੁਸੀਂ ਦੇਖੋ ਜਿਸ ਤਰ੍ਹਾਂ ਦਾ ਚਰਚੇ ਕ੍ਰੀਏਟ ਹੋਇਆ ਜਾਂ ਜਿਸ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਚੁਨਿੰਦਾ ਜਿਹੜੇ ਇਵੈਂਟ ਸੀ ਉਹਨਾਂ ਦੀਆਂ ਯਾਦਗਾਰਾਂ ਬਣੀਆਂ, ਮਿਊਜ਼ੀਅਮ ਬਣੇ, ਜਿਸ ਤਰ੍ਹਾਂ ਦਰਬਾਰ ਅੰਮ੍ਰਿਤਸਰ ਦੇ ਵਿੱਚ ਤਰੱਕੀ ਹੋਈ, ਮਤਲਬ ਜੋ ਕੁਛ ਹੋਇਆ ਜੇ ਸਰਕਾਰ ਹੈਗੀ ਸੀ ਤੇ ਕੰਮ ਹੋ ਸਕੇ। ਬਾਕੀ ਸਰਕਾਰ ਕੋਲੋਂ ਗਲਤੀ ਹੋਈਆਂ, ਕਿਉਂਕਿ ਪੰਥਕ ਵੋਟ ਨੂੰ ਸ਼ਾਇਦ ਇਹਨਾਂ ਨੇ ਫੋਰ ਗ੍ਰਾਂਟਿਡ ਲੈ ਲਿਆ ਸੀ। ਇੱਕ ਦਿਖਾਉਣਾ ਮੈਂ ਕਹਿੰਦੀ ਹਾਂ ਸਾਡਾ ਇਹ ਸ਼ਬਦ ਜਿਹੜਾ ਸਹੀ ਇੰਟਰਪ੍ਰੈਟ ਨਹੀਂ ਕਰਦਾ ਸਿਚੁਏਸ਼ਨ ਨੂੰ, ਸ਼ਾਇਦ ਇਹਦਾ ਅਵੇਸਲੇ ਹੋ ਗਏ ਸੀ ਕਿ ਜਿਹੜੀ ਪੰਥਕ ਵੋਟ ਹੈਗੀ ਹੈ ਕਿਤੇ ਨਹੀਂ ਜਾ ਰਹੀ ਤੇ ਦੂਸਰਿਆਂ ਨੂੰ ਖੁਸ਼ ਕਰਦੇ ਰਹਿ ਗਏ ਜੀ, ਤੇ ਇਹ ਜੀ ਬਿਲਕੁਲ। ਸੋ ਭੈਣ ਜੀ ਇੱਕ ਜਾਂਦੇ ਜਾਂਦੇ ਇੱਕ ਸਵਾਲ ਮੈਂ ਜ਼ਰੂਰ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਹੈਗੇ ਆ ਉਹਨਾਂ ਨੇ ਜਿਹੜਾ ਸਿਆਸੀ ਪ੍ਰੈਸ਼ਰ ਹੈਗਾ ਉਹ ਵੀ ਮੰਨਿਆ, SGPC ਦੀ ਜਦੋਂ ਅਸੀਂ ਗੱਲ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਜਿਹੜੇ ਸ਼ੰਕੇ ਹੈਗੇ ਆ ਸਿੱਖ ਮਨਾਂ ਦੇ ਵਿੱਚ ਜਾਂ ਸਿੱਖ ਜਿਹੜੇ ਪੰਜਾਬ ਦੇ ਵਿੱਚ ਜਾਂ ਖਾਸ ਤੌਰ 'ਤੇ ਜਿਹੜੇ ਡਾਇਸਪੋਰਾ ਦੇ ਵਿੱਚ ਵੱਸਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਆਮ ਤੌਰ 'ਤੇ ਇਹ ਗੱਲ ਆਉਂਦੀ ਹੈ ਕਿ ਇਸ ਵਕਤ ਪ੍ਰਕਾਸ਼ ਸਿੰਘ ਬਾਦਲ ਹੀ ਕੰਟਰੋਲਿੰਗ ਫੈਕਟਰ ਨੇ, ਉਹ ਜੋ ਕਹਿਣ ਉਹ SGPC ਵੀ ਉਹੀ ਕਰਦੀ ਹੈ ਅਤੇ ਜਿਹੜਾ ਅਕਾਲ ਤਖ਼ਤ ਹੈ ਉੱਥੋਂ ਵੀ ਉਹੀ ਫੈਸਲਾ ਆਉਂਦਾ, ਉਹਨਾਂ ਦੀ ਰਜ਼ਾਮੰਦੀ ਦੇ ਨਾਲ ਜਾਂ ਉਹਨਾਂ ਦੀ ਡਾਇਰੈਕਸ਼ਨ 'ਤੇ ਹੀ ਜਿਹੜੀ ਇਹ ਸਾਰੀ ਹੈਗੀ ਹੈ ਗੱਲ ਉਹ ਕੀਤੀ ਜਾਂਦੀ ਹੈ। ਇਹਨੂੰ ਤੁਸੀਂ ਕਿਵੇਂ ਰਿਸਪੋਂਡ ਕਰੋਗੇ? ਮੈਂ ਸਮਝਦੀ ਹਾਂ ਕਿ ਅਕਾਲ ਤਖ਼ਤ ਜਿਹੜਾ ਉਹ ਸਿੱਖ
ਸੌਣ ਦਾ ਸਿਰ ਵਿੱਚ ਤਖ਼ਤ ਹੈ, ਉਹ ਇਕੱਲਾ ਅਕਾਲੀ ਦਲ ਦਾ ਹੀ ਪੰਜਾਬ ਜਾਂ ਅੰਮ੍ਰਿਤਸਰ ਤੱਕ ਸੀਮਤ ਨਹੀਂ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਕਾਰਜ ਸ਼ੈਲੀ ਹੈ ਉਹ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜਿਹੜੀ ਕਿ ਸਮੂਹ ਕੌਮ ਦੀ ਭਾਵਨਾਵਾਂ ਦੀ ਤਰਜਮਾਨੀ ਕਰੇ, ਸੇਧ ਦੇਵੇ। ਹੁਣ ਜਿਹੜਾ ਅਸੀਂ ਮੌਜੂਦਾ ਇੱਕ ਸਟਰਕਚਰ ਦੇਖ ਰਹੇ ਹਾਂ ਅਕਾਲ ਤਖ਼ਤ ਸਾਹਿਬ ਦੇ ਫੰਕਸ਼ਨਿੰਗ ਦਾ, ਜਿਹਦੇ ਵਿੱਚ ਕਿ ਅਕਾਲ ਤਖ਼ਤ ਦੇ ਜਥੇਦਾਰ ਤੇ ਹੋਰ ਚਾਰ ਤਿੰਨ ਸਾਹਿਬਾਨ ਬੈਠ ਕੇ ਤੇ ਪੰਜੇ ਹੀ ਫੈਸਲੇ ਕਰੀ ਜਾਂਦੇ ਨੇ, ਔਰ ਇਹਨਾਂ ਕੋਲ ਮਸਲੇ ਜਿਹੜੇ ਆਉਂਦੇ ਨੇ ਉਹ ਇੰਨੇ ਛੋਟੇ ਛੋਟੇ ਲੜਾਈ ਝਗੜਿਆਂ ਦੇ ਮਸਲੇ ਹਨ, ਜਿਹੜੇ ਕਿ ਵਿਦੇਸ਼ਾਂ ਵਿੱਚ ਸ਼ਾਇਦ ਉਹ ਲੜਾਈ ਝਗੜੇ ਤੁਸੀਂ ਕੋਰਟ ਕਚਹਿਰੀਆਂ ਚ ਲੈ ਜਾਂਦੇ ਹੋ ਜੀ, ਇੱਥੇ ਉਹ ਲੜਾਈ ਝਗੜੇ ਜਿਹੜੇ ਅਕਾਲ ਤਖ਼ਤ ਸਾਹਿਬ ਤੇ ਆ ਜਾਂਦੇ। ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਲੜਾਈ ਝਗੜੇ ਜਿਹੜੇ ਸਾਡੇ ਨਿੱਜੀ ਪੱਧਰ ਦੇ ਹੁੰਦੇ, ਇਹ ਮਸਲੇ ਅਕਾਲ ਤਖ਼ਤ ਸਾਹਿਬ ਤੇ ਨਹੀਂ ਆਉਣੇ ਚਾਹੀਦੇ। ਅਕਾਲ ਤਖ਼ਤ ਸਾਹਿਬ ਤੇ ਉਹੀ ਫੈਸਲਾ ਹੋਣਾ ਚਾਹੀਦਾ ਜਿਹੜਾ ਕਿ ਸਮੁੱਚੀ ਕੌਮ ਨੂੰ ਇੰਪੈਕਟ ਕਰਦਾ ਹੈ। ਪਰ ਇਹੋ ਜਿਹੇ ਮੁੱਦੇ ਨੇ ਉਹ ਕਦੀ ਕਦਾਈ ਹੀ ਆਉਂਦੇ ਹੁੰਦੇ, ਰੋਜ਼ਮਰਾ ਦੀ ਜ਼ਿੰਦਗੀ ਵਿੱਚ ਨਹੀਂ ਹੁੰਦੇ। ਤੇ 1984 ਤੋਂ ਪਹਿਲੇ ਅਕਾਲ ਤਖ਼ਤ ਸਾਹਿਬ ਤੇ ਇੱਕ ਗੁਰਮਤਾ ਕਰਨ ਦਾ ਢੰਗ ਇਹ ਹੁੰਦਾ ਸੀ ਕਿ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਬੁਲਾ ਕੇ ਤੇ ਉਸ ਵਕਤ ਸਲਾਹ ਮਸ਼ਵਰਾ ਰਾਏ ਕੀਤੀ ਜਾਂਦੀ ਸੀ ਜੀ। 1984 ਤੋਂ ਬਾਅਦ ਜਦੋਂ ਸਰਕਾਰ ਨੇ ਤਖ਼ਤਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਇਹਨਾਂ ਨੇ ਜਸਕੀਰ ਸਿੰਘ ਰੋਡੇ ਨੇ ਪਹਿਲੇ ਅਕਾਲ ਤਖ਼ਤ ਦਾ ਜਥੇਦਾਰ ਲਾਇਆ ਸੀ, ਉਹ ਸਮਾਂ ਸੀ ਜਦੋਂ ਇਹ ਸਾਰੀ ਇਹਦੀ ਵਰਕਿੰਗ ਬਦਲ ਗਈ ਸੀ। ਸਰਕਾਰ ਵੱਲੋਂ ਇਹਨਾਂ ਜਿਹੜੇ ਸਰਕਾਰੀ ਪੰਜ ਜਥੇਦਾਰ ਲਾਏ ਸੀ ਉਹਨਾਂ ਨੂੰ ਅੰਬੈਸ ਗੱਡੀਆਂ ਦਿੱਤੀਆਂ ਗਈਆਂ, ਲਾਲ ਬੱਤੀ ਲਾ ਕੇ। ਇਹ ਪਹਿਲੀ ਵਾਰ ਸੀ ਕਿ ਜਥੇਦਾਰਾਂ ਨੂੰ ਇਸ ਤਰ੍ਹਾਂ ਸਰਕਾਰੀ ਤੌਰ ਤੇ ਗੱਡੀਆਂ ਦਿੱਤੀਆਂ ਗਈਆਂ, ਔਰ ਉਹਨਾਂ ਦੀ ਇੱਕ ਬਣਾਈ ਗਈ ਛਵੀ ਕਿ ਜਿਹੜੇ ਜਥੇਦਾਰ ਸੀ ਉਹਨਾਂ ਦੀਆਂ ਜੋ ਪਰੰਪਰਾਗਤ ਉਹਨਾਂ ਦੇ ਕੰਮ ਸੀ ਉਸ ਤੋਂ ਉਹ ਹਟ ਗਏ ਜੀ। ਔਰ ਉਸ ਤੋਂ ਬਾਅਦ ਜਦੋਂ ਉਹ ਜਥੇਦਾਰ ਹਟੇ ਤੇ ਜਿਹੜੇ ਆਏ ਉਹਨਾਂ ਨੇ ਹੌਲੀ ਹੌਲੀ ਆਪਣੀ ਨਿੱਜੀ ਕਾਰਜ ਸ਼ੈਲੀ ਇਹੋ ਜਿਹੀ ਕਰ ਲਈ ਕਿ ਜੋ ਸਿਧਾਂਤ ਇੱਥੇ ਇੱਕ ਗੁਰਮਤਾ ਕਰਨ ਦਾ ਹੁੰਦਾ ਸੀ ਉਹ ਸਿਧਾਂਤ ਹੀ ਬਦਲ ਕੇ ਰੱਖ ਦਿੱਤਾ। ਗ੍ਰੰਥੀ ਸਿੰਘ ਬਹਿ ਕੇ ਤੇ ਜੇ ਝਗੜੇ ਟਕਾਣੇ ਸ਼ੁਰੂ ਕਰ ਦੇਣਗੇ ਤੇ ਤੁਸੀਂ ਕਿਤੇ ਹੋਰ ਕਰ ਲਓ, ਅਕਾਲ ਤਖ਼ਤ ਸਾਹਿਬ ਦਾ ਨਾਂ ਕਿਉਂ ਵਰਤ ਗਏ ਉੱਥੇ ਜੀ। ਉੱਥੇ ਮੈਨੂੰ ਲੱਗਦਾ ਕਿ ਅਸੀਂ ਗਲਤ ਹੋ ਗਏ ਆ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਦੇ ਛੋਟੇ ਛੋਟੇ ਫੈਸਲੇ ਲੈ ਕੇ ਜਾਣੇ ਸ਼ੁਰੂ ਹੋ ਗਏ ਆ ਜੀ। ਔਰ ਮੈਨੂੰ ਲੱਗਦਾ ਕਿ ਦੇਖੋ ਸਰਕਾਰਾਂ ਹਮੇਸ਼ਾ ਇੰਪੈਕਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਆਪਣਾ ਘਰ ਆਪ ਸਾਂਭਣਾ ਪੈਂਦਾ। ਮੈਂ ਮਹਿਸੂਸ ਕਰਦੀ ਹਾਂ ਕਿ ਜੇ ਅਕਾਲ ਤਖ਼ਤ ਸਾਹਿਬ ਦੇ ਉੱਪਰ ਗੁਰਮਤਾ ਕਰਨ ਦੀ ਵਿਧੀ ਹੈ ਉਹ ਇੱਕ ਵਾਰ ਸਾਨੂੰ ਫੇਰ 1984 ਤੋਂ ਪਹਿਲੇ ਜਿਹੜਾ ਸਾਡਾ ਸਿਸਟਮ ਸੀ ਉਹ ਬਹਾਲ ਕਰਨਾ ਪਏਗਾ, ਜਿਹਦੇ ਵਿੱਚ ਇਹ ਸਾਰਿਆਂ ਦੀ ਜਥੇਬੰਦੀਆਂ ਸਿਗਾਏ ਲੈ ਕੇ ਗੁਰਮਤਾ ਕਰਕੇ ਜਥੇਦਾਰ ਦਾ ਕੰਮ ਹੁੰਦਾ ਸੀ ਕੇਵਲ ਉਸ ਗੁਰਮਤੇ ਨੂੰ ਅਕਾਲ ਤਖ਼ਤ ਸਾਹਿਬ ਤੇ ਅਨਾਊਂਸ ਕਰਨਾ ਜੀ। ਜਥੇ ਜਿਹੜਾ ਉਹ ਕੌਮ ਦਾ ਲੀਡਰ ਨਹੀਂ ਹੈ, ਜਥੇਦਾਰ ਕੌਮ ਦਾ ਬੁਲਾਰਾ ਹੋ ਸਕਦਾ ਜੀ ਬਿਲਕੁਲ। ਇਹ ਜਿਹੜਾ ਵਿਗਾੜ ਪੈ ਗਿਆ ਇਹਨਾਂ ਰੂਲਸ ਦੇ ਵਿੱਚ, ਮੈਨੂੰ ਲੱਗਦਾ ਉਸ ਵਿਗਾੜ ਨੂੰ ਸਾਨੂੰ ਦੁਬਾਰਾ ਸਹੀ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਕਾਲ ਤਖ਼ਤ ਸਾਹਿਬ ਕਿਸੇ ਕੋਲੋਂ ਮੈਨੂਪੁਲੇਟ ਨਾ ਹੋ ਸਕੇ, ਇਸ ਕੌਮ ਦੇ ਫੈਸਲੇ ਕੌਮ ਆਪ ਅਕਾਲ ਤਖ਼ਤ ਸਾਹਿਬ ਬੈਠ ਕੇ ਕਰੇ ਜੀ ਬਿਲਕੁਲ। ਸੋ ਕਿਰਨਜੋਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਸਾਡੇ ਨਾਲ ਇਹ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ, ਬਹੁਤ ਬਹੁਤ ਧੰਨਵਾਦ ਤੁਹਾਡਾ, ਫਤਿਹ ਦੀ ਸਾਂਝ ਪਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕੀ ਫਤਿਹ। ਜੀ ਵੀਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ SGPC ਮੈਂਬਰ ਅੰਮ੍ਰਿਤਸਰ ਤੋਂ ਬੀਬੀ ਕਿਰਨਜੋਤ ਕੌਰ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਕਿ ਇਹਨਾਂ ਦਾ ਮੰਨਣਾ ਹੈਗਾ ਕਿ ਜਿਹੜੀਆਂ ਇਹ ਘਟਨਾਵਾਂ ਹੋਈਆਂ ਨੇ, ਇਹ ਸਾਰੇ ਪਾਠ ਨੂੰ ਜਿਹੜਾ ਇਹਦੇ 'ਤੇ ਘਟਨਾਕ੍ਰਮ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸੁਹਿਰਦਤਾ ਜਿਹੜੀ ਹੈਗੀ ਹੈ ਉਹ ਚਾਰੇ ਪਾਸਿਓਂ ਘਟੀ ਹੋਈ ਹੈਗੀ ਹੈ। ਧਿਆਨ ਜਿਹੜਾ ਹੈਗਾ ਉਹ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ 'ਤੇ ਵੋਟ ਪੋਲੀਟਿਕਸ ਦੀ ਜਿਹੜੀ ਰਾਜਨੀਤੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ, ਅਤੇ ਓਵਰਆਲ ਜਿਹੜੀ SGPC ਹੋਵੇ ਜਾਂ ਅਕਾਲ ਤਖਤ ਹੋਵੇ ਉਹਦੇ 'ਤੇ ਕਿਤੇ ਨਾ ਕਿਤੇ ਇਸ ਵਕਤ ਜਿਹੜਾ ਸਿਆਸੀ ਸ਼ਿਕੰਜਾ ਹੈਗਾ ਉਹ ਨਜ਼ਰ ਆਉਂਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੈਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ, 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।